ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰ ਲੱਗਿਆ ਆਮ ਆਦਮੀ ਪਾਰਟੀ ਦੀ ਮੈਂ ਕੱਲ ਪਰਸੋਂ ਵੀਡੀਓ ਪਾਈ ਸੀ ਜਿਹੜਾ ਕਰੋੜਾ ਰੁਪਇਆ ਖਰਚਾ ਹੋਇਆ ਸੀਗਾ ਤੇ ਮੈਂ ਉਹਦੇ ਸਿਰਫ ਗੱਲ ਇੰਨੀ ਕੀਤੀ ਸੀਗੀ ਕਿ ਜਿਹੜਾ ਉਹ ਕਰੋੜਾ ਰੁਪਇਆ ਇੱਕ ਦਿਨ ਦੇ ਵਿੱਚ ਖਤਮ ਹੋਇਆ ਤੇ ਤੁਸੀਂ ਉਹ ਭਗਤ ਸਿੰਘ ਜੀ ਦੇ ਨਾਮ ਤੇ ਕੋਈ ਜਿਵੇਂ ਕਹਿ ਲਓ ਵਕੀਲੀ ਵਾਲਾ ਕਾਲਜ ਖੋਲ੍ਹ ਦਿੰਦੇ ਜਿਹਦੇ ਵਿੱਚ ਕੋਈ ਐਸ ਸੀ ਬੀ ਸੀ ਜਰਨਲ ਚਾਹੇ ਕੋਈ ਵੀ ਕੈਟਾਗਰੀ ਚਾਹੇ ਕਿਸੇ ਵੀ ਧਰਮ ਦੇ ਬੱਚੇ ਉਹ ਉੱਥੇ ਫ੍ਰੀ ਪੜ ਸਕਦੇ ਜਿਹੜੇ ਗਰੀਬ ਲੋਕ ਸੀ ਕਿੰਗਾਂ ਦੇ ਸ਼ੌਂਕ ਸੀ ਵਕੀਲ ਬਣਦੇ ਕਈ ਕਈਆਂ ਦੇ ਬੜਾ ਦਿਲ ਚ ਹੁੰਦਾ ਵੀ ਮੈਂ ਵਕੀਲ ਬਣਾ ਪਰ ਉਹਨਾਂ ਕੋਲ ਬਣਨ ਵਾਸਤੇ ਪੈਸਾ ਨਹੀਂ ਹੁੰਦਾ ਤੇ ਉਹ ਕਈ ਲੋਕਾਂ ਨੇ ਮੈਨੂੰ ਫੋਨ ਕੀਤਾ ਕਿੰਗਾਂ ਨੇ ਰਿਕਾਰਡਿੰਗਾਂ ਪਾਈਆਂ ਤੂੰ ਭਗਵੰਤ ਮਾਤਾ ਦੇਖ ਜਿੰਨਾ ਮਰਜ਼ੀ ਖਿਲਾਫ ਬੋਲ ਲੈ ਤੇਰਾ ਕੱਖ ਨਹੀਂ ਹੋਣਾ ਫਲਾਨਾ ਮੈਂ ਯਾਰ ਖਿਲਾਫ ਬੋਲਿਓਂਦੇ ਮੈਂ ਖਿਲਾਫ ਨਹੀਂ ਬੋਲਿਆ ਜੇਕਰ ਤੁਹਾਡਾ ਮੁੱਖ ਮੰਤਰੀ ਆ ਤਾਂ ਮੇਰਾ ਵੀ ਮੁੱਖ ਮੰਤਰੀ ਆ ਜੇ ਉਹ ਤੁਹਾਡਾ ਜੇ ਚਾਹਣ ਵਾਲੇ ਨੇ ਜੇ ਤੁਸੀਂ ਅਸੀਂ ਵੀ ਉਹਨਾਂ ਨੂੰ ਚਾਹਣ ਵਾਲੇ ਆ ਪਰ ਗੱਲ ਇੱਥੇ ਮੈਂ ਕੰਮਾਂ ਦੀ ਕਰਦਾ ਕਿਸੇ ਨੇ ਭਗਵੰਤ ਮਾਨ ਨੂੰ ਗਲਤ ਨਹੀਂ ਬੋਲਿਆ ਸੁਖਬੀਰ ਬਾਦਲ ਨਹੀਂ ਹਰਿਆ ਉਹਨੇ ਕੰਮਾਂ ਨੇ ਹਰਾਇਆ ਕਾਂਗਰਸ ਨਹੀਂ ਹਰੀ ਉਹਦੇ ਕੰਮਾਂ ਨੇ ਹਰਾਇਆ ਇਸ ਕਰਕੇ ਭਾਈ ਸਾਹਿਬ ਕੰਮ ਹੁੰਦੇ ਆ ਭਗਵੰਤ ਮਾਨ ਕੋਈ ਮੈਂ ਇਹ ਕੋਈ ਅਸੀਂ ਬਚਪਨ ਜਿੱਥੇ ਤਾਂ ਰਹੇ ਨਹੀਂ ਵੀ ਜਿਹੜੀ ਸਾਡੇ ਕੋਈ ਰੰਜਿਸ਼ ਹੋਊਗੀ ਜਾਂ ਅਸੀਂ ਕੋਈ ਆਂਡ ਗਮਾਣ ਦੇ ਤਾਂ ਹੈ ਨਹੀਂਗੇ ਵੀ ਸਾਡਾ ਕੋਈ ਵੈਰ ਹੋਊਗਾ ਭਾਈ ਸਾਹਿਬ ਜਿਹੜੀ ਕੰਮ ਜਿਹੜੇ ਕੰਮ ਆ ਮੈਂ ਤਾਂ ਉਹਨਾਂ ਤੇ ਬੋਲੂਗਾ ਹੁਣ ਪਹਿਲਾਂ ਤੁਸੀਂ ਇਹ ਗੱਲ ਸੁਣ ਲਓ ਜਿਹੜੇ ਕੰਮ ਆ ਮੈਂ ਕੀ ਚਾਹੁੰਨਾ ਦੂਜੀਆਂ ਪਾਰਟੀਆਂ ਦੇ ਖਿਲਾਫ ਮੈਂ ਕਿਉਂ ਬੋਲਦਾ ਸੀ ਪਹਿਲਾਂ ਉਹ ਲੋਕ ਸੁਣ ਲੈਣ ਜਿਹੜੇ ਅੱਜ ਮੈਨੂੰ ਸੁਣੀ ਜਾਂਦੇ ਆ ਵਿਸ਼ਵਦੀ ਫਾਜ਼ਲ ਕਾ ਫੇਸਬੁਕ YouTube ਤੇ ਭਰ ਕੇ ਸੁਣ ਲਓ ਜੇ ਮੈਨੂੰ 4.5 ਸਾਲ ਹੋ ਗਏ ਆ ਧਰਨੇ ਚ ਜਾ ਜਾ ਕੇ ਫੇਸਬੁੱਕ ਤੇ YouTube ਤੇ ਰੌਲਾ ਪਾਉਂਦੇ ਨੂੰ ਕਿ ਲੋਕੋ ਸਾਨੂੰ ਫਰੀਦੀਆਂ ਸਹੂਲਤਾਂ ਨਹੀਂ ਚਾਹੀਦੀਆਂ ਔਰ ਜਿਹੜੇ ਲੋਕ ਕਹਿੰਦੇ ਹੁੰਦੇ ਆ ਕਿ ਤਾਂ ਲੋਕ ਬੋਤਲ ਤੇ ਵੇਚ ਜਾਂਦੇ ਆ ਕਈ ਕਹਿੰਦੇ ਨਾ ਲੋਕਾਂ ਨੂੰ ਸੁੱਲ ਮੈਨੂੰ ਸੱਚਾਈ ਦੱਸਦਾ ਜਿਹੜੇ ਕਹਿ ਦਿੰਦੇ ਆ ਤਾਂ ਲੋਕ ਅਸੀਂ ਅਖੇ 5-500 ਦੇ ਵੇਚ ਜਾਂਦੇ ਆ ਸੱਜਣ ਪਿਆਰੇ ਮੈਂ ਤੁਹਾਨੂੰ ਅੱਜ ਗੱਲ ਦੱਸਦਾ ਵੇਕਦੇ ਸਾਰੇ ਹੀ ਆ ਕੋਈ 300 ਯੂਨਟ ਬਿਜਲੀ ਤੇ ਵੇਚ ਜਾਂਦਾ ਕੋਈ 1000 ਰੁਪਏ ਮਹੀਨੇ ਤੇ ਵੇਚ ਜਾਂਦਾ ਕੋਈ ਕਿਸੇ ਤੇ ਵੇਚ ਜਾਂਦਾ ਵੋਟਾਂ ਤਾਂ ਹੀ ਪਾਉਂਨੇ ਆ ਨਾ ਵੀ ਸਾਨੂੰ ਬਿਜਲੀ ਫਰੀ ਮਿਲੇ ਕਿਹੜੀ ਗੱਲਾਂ ਫ੍ਰੀ ਮਿਲੇ ਕੀ ਆਪਾਂ ਬਿਜਲੀ ਵਰਤਦੇ ਨਹੀਂਗੇ ਇੱਥੇ ਨੂੰ ਮੈਂ ਗੱਲ ਕਰ ਦੇਵਾਂ ਕੇਸਰੀਵਾਲ ਸਾਹਿਬ ਨੂੰ ਭਗਵੰਤ ਸਿੰਘ ਸਾਹਿਬ ਨੂੰ ਗੱਲ ਕਹਿ ਦੇਵਾਂ ਮਾਨ ਸਾ ਮੈਂ ਤੁਹਾਡੇ ਖਿਲਾਫ ਨਹੀਂ ਬੋਲ ਰਿਹਾ ਤੁਹਾਡੇ ਕੰਮਾਂ ਦੇ ਖਿਲਾਫ ਆ ਜਿਹੜੀ ਮੈਂ ਤੁਹਾਨੂੰ ਕੰਮ 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 ਕਹਿ ਰਿਹਾ ਕੰਮ ਤੁਸੀਂ ਕਰਨੇ ਆ ਬਹੁਤ ਵਧੀਆ ਗੱਲ ਆ ਕੰਮ ਕਰੋ ਅਸੀਂ ਵੀ ਜਿਹੜੇ ਕਿ ਲੋਕਾਂ ਨੇ ਤਾਂ ਹੀ ਬਣਾਇਆ ਤੁਹਾਨੂੰ ਮੈਂ ਇਥੇ ਇਲੈਕਸ਼ਨ ਲੜਿਆ ਹਲਕਾ ਜਲਾਲਾਵਾਦ ਦੇ ਵਿੱਚ ਕਈ ਇਹਨਾਂ ਦੇ ਬੰਦੇ ਫੋਨ ਕਰਕੇ ਕਹਿਣਗੇ ਫਿਰ ਤਾਂ ਵੋਟ ਬੜੀ ਐ ਨਿਕਲੀ ਆ ਜਾਂ ਨਿਕਲੀਆ ਮੇਰਾ ਵੀਰਾ ਮੈਂ ਤੁਹਾਨੂੰ ਫਿਰ ਤੋਂ ਕਹਿਣਾ ਮੇਰਾ ਕੋਈ ਵੋਟ ਦੇ ਨਾਲ ਕੋਈ ਮਕਸਦ ਨਹੀਂ ਸੀ ਮੈਂ ਤਾਂ ਉਹਨਾਂ ਦੇ ਬਰੋਬਰ ਖੜਾ ਜਿਨ੍ਹਾਂ ਦੇ ਜਿਨ੍ਹਾਂ ਨੂੰ ਵੇਖ ਕੇ ਕਈ ਵਾਰੀ ਤੇਰੇ ਪਿਓ ਕਈ ਵਾਰੀ ਤੇਰੇ ਦਾਦੇ ਕਮਰਿਆਂ ਚ ਲੁੱਕ ਜਾਂਦੇ ਸੀ ਕਿਤੇ ਸਾਨੂੰ ਕੁਝ ਕਹਿ ਨਾ ਦੇਣ ਉਹਨਾਂ ਦੇ ਬਰੋਬਰ ਖੜਾ ਮੈਂ ਜੇ ਨਹੀਂ ਖੜਾ ਤਾਂ ਦੱਸ ਦੋ ਇਹ ਗੱਲਾਂ ਗੱਲਾਂ ਖੜਨ ਦੀਆਂ ਹੁੰਦੀਆਂ ਐਵੇਂ ਕੀ ਵੋਟਾਂ ਮੁੱਟਾਂ ਛੱਡ ਵੋਟਾਂ ਜਿਹੜੀਆਂ ਪੈਣੀਆਂ ਹੁੰਦੀਆਂ ਪੈ ਜਾਂਦਾਂ ਹੁੰਦੀਆਂ ਗੱਲ ਵੋਟਾਂ ਦੀ ਨਹੀਂ ਹੁੰਦੀ ਗੱਲ ਜ਼ਮੀਰ ਦੀ ਹੁੰਦੀ ਆ ਜਿਹੜੀ ਜ਼ਮੀਰ ਮੰਦੀ ਹੁੰਦੀ ਆ ਹੁਣ ਇੱਥੇ ਮੈਂ ਗੱਲ ਕਰ ਦੇਵਾਂ ਗੱਲਾਂ ਧਿਆਨ ਨਾਲ ਸੁਣ ਲੈ ਜੇ ਜਿਹੜੇ ਬਿਜਲੀ ਫ੍ਰੀ ਮਿਲ ਰਹੀ ਆ ਕਿਉਂ ਮਿਲ ਰਹੀ ਆ ਮੇਰਾ ਇੱਥੇ ਇਹ ਗੱਲ ਦਾ ਸਵਾਲ ਆ ਕਿਹੜੀ ਗੱਲੋਂ ਬਿਜਲੀ ਫ੍ਰੀ ਮਿਲ ਰਹੀ ਆ ਚਾਹੇ ਉਹ ਐਸਸੀ ਆ ਚਾਹੇ ਉਹ ਬੀਸੀ ਆ ਚਾਹੇ ਜਰਨਲ ਆ ਇਹਨਾਂ ਨੂੰ ਰੋਜ਼ਗਾਰ ਕਿਉਂ ਨਹੀਂ ਦਿੱਤਾ ਜਾ ਰਿਹਾ ਹੁਣ ਕਈ ਕਹਿਣਗੇ ਵੀ ਮਾਨ ਸਾਹਿਬ ਨੇ 25000 ਨੌਕਰੀ ਦੀ ਗੱਲ ਕਰਤੀ ਆ ਜੇਕਰ ਨੌਕਰੀ ਦੀ ਗੱਲ ਕਰਤੀ ਆ ਤੇ ਫਿਰ ਭਾਈ ਸਾਹਿਬ ਉਹਨਾਂ ਤੋਂ ਬਿੱਲ ਵੀ ਲੈ ਜਾਣ ਮੈਂ ਲੋਕਾਂ ਨੂੰ ਕਹਿਣਾ ਧਿਆਨ ਦਿਓ ਨੌਜਵਾਨੋ ਜਿਹੜੇ ਮੈਨੂੰ ਤੁਸੀਂ ਗਲਤ ਕਹਿੰਨੇ ਆ ਜੇ ਤੁਹਾਨੂੰ 30000 ਦੀ ਨੌਕਰੀ ਦਿੱਤੀ ਜਾਵੇ 300 ਬਿਜਲੀ ਹੁਣ ਫ੍ਰੀ ਤੇ ਕੀ ਤੁਸੀਂ ਉਹਦੇ 30000 ਦੇ ਵਿੱਚੋਂ 3000 ਰੁਪਏ ਮਹੀਨੇ ਦਾ ਬਿਜਲੀ ਬਿੱਲ ਨਹੀਂ ਭਰ ਸਕਦੇ ਜੇਕਰ ਤੁਸੀਂ 3000 ਰੁਪਏ ਉਹਦੇ ਵਿੱਚੋਂ ਭਰੋਗੇ ਤਾਂ ਤੁਹਾਡੇ ਕੋਲ 27000 ਰੁਪਏ ਬਚ ਜੂਗਾ ਬਚੂਗਾ ਕਿ ਨਹੀਂ ਬਚੂਗਾ 27000 ਦੇ ਵਿੱਚੋਂ ਜਿਹੜਾ ਆਟਾ ਰੱਛਨ ਦਾਲ ਮਿਲਦਾ ਲੋਕਾਂ ਨੂੰ ਉਹਦੇ ਵਿੱਚੋਂ 7000 ਰੁਪਏ ਦਾ ਆਟਾ ਰੱਛਨ ਦਾਲ ਆ ਜਾਊਗਾ ਫਿਰ ਤੁਹਾਡੇ ਕੋਲ 20000 ਬਚੂਗਾ ਉਹ ਆਟਾ ਰੱਛਨ ਦਾਲ ਵੀ ਬੁੱਤ ਕਹਿ ਲੋ ਨਾ ਹੁਣ ਇਹ ਨੋਟ ਕਰੀ ਚਾਹ ਜੇ ਗੱਲਾਂ ਜਦੋਂ 20000 ਰੁਪਏ ਬਚ ਗਿਆ ਤੁਸੀਂ ਉਹ 20000 ਰੁਪਏ ਜਿਹੜੇ ਕਹਿੰਦੇ ਤੁਹਾਨੂੰ ਕਮਰੇ ਦੇਣੇ ਆ ਫਲੀਚਾ ਦੇਣੀਆਂ ਤਾਂ ਉਹ ਜਿਹੜਾ 20000 ਜਾ ਕੇ ਬੈਂਕ ਕੋਲ ਰੱਖੋ ਬੈਂਕ ਨੂੰ ਕਹੋ ਬੈਂਕ ਮੈਨੇਜਰ ਸਾਹਿਬ ਸਾਡਾ ਖਰਚਾ ਕੱਢ ਕੇ ਸਾਡੇ ਕੋਲ 20000 ਰੁਪਏ ਬਚਦਾ ਸਾਨੂੰ 20 ਲੱਖ ਦਾ ਲੋਨ ਦਿਓ ਜਦੋਂ 20 ਲੱਖ ਦਾ ਲੋਨ ਮਿਲ ਜੇ ਉਹ 20000 ਦੇ ਵਿੱਚੋਂ 10000 ਕਿਸ਼ਤ ਭਰੀ ਜਾਓ ਜੇ ਹੁਣ ਦੱਸੋ ਨੌਜਵਾਨੋ 20 ਲੱਖ ਦੀ ਕੋਠੀ ਪੈਂਦੀ ਹੈ ਜਾਂ ਕੋਠਾ ਪੈਂਦਾ ਕੋਠੀ ਪਊਗੀ ਟੌਪ ਦੀ ਪਊਗੀ ਕਿ ਨਾ ਪਊਗੀ ਉਹ 20 ਲੱਖ ਦੀ 10000 ਰੁਪਏ ਤੁਸੀਂ ਕਿਸ਼ਤ ਭਰੀ ਜਾਓ ਜੇ 10000 ਰੁਪਏ ਤੁਹਾਡੇ ਕੋਲ ਫਿਰ ਵੀ ਬਚ ਜੂਗਾ ਇਹ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਹਿ ਰਿਹਾ ਮੈਂ ਇਹ ਗੱਲਾਂ ਚਾਹੁੰਨਾ ਹੁਣ ਜਿਹੜੇ ਇਥੇ ਹਨ ਪੜ ਲੋਕ ਆ ਹੁਣ ਉਹਨਾਂ ਤੇ ਸਕੀਮਾਂ ਕਹਿਣਗੇ ਤੇ ਮੈਂ ਕਹਿੰਨਾ ਜਿਹੜੇ ਨਹੀਂ ਪੜੇ ਲਿਖੇ ਉਹਨਾਂ ਨੂੰ ਵੀ ਨੌਕਰੀਆਂ ਮਿਲ ਸਕਦੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਵੱਕਾ ਬੋਰਦ ਦੀਆਂ ਜ਼ਮੀਨਾਂ ਪਈਆਂ ਜਾਂ ਪੰਚਾਇਤੀ ਜ਼ਮੀਨਾਂ ਪਈਆਂ ਹੁਣ ਉਹਨਾਂ ਦੇ ਵਿੱਚ ਸੁਣ ਲੋ ਕੀ ਹੋਣਾ ਚਾਹੀਦਾ ਜਿਹੜੇ ਇੱਥੇ ਲੋਕ ਮੱਛੀ ਪਾਲਣ ਖੋਲਦੇ ਆ ਉਹਨਾਂ ਨੂੰ ਸਬਸਿਡੀਆਂ ਮਿਲਦੀਆਂ ਲੱਖਾਂ ਰੁਪਏ ਮਾਫ ਹੋ ਜਾਂਦੇ ਉਹਨਾਂ ਦੇ ਮੇਰੇ ਇੱਥੇ ਕੋਈ ਪਿੰਡ ਦਾ ਬੰਦਾ ਸੀ ਉਹਨੂੰ ਮੈਂ ਪੁੱਛਿਆ ਮੈਂ ਕੀ ਸਿਸਟਮ ਹੈ ਦਾ ਉਹ ਕਹਿੰਦਾ ਭਾਈ ਸਾਹਿਬ ਜੇਕਰ ਤੁਸੀਂ 15 ਲੱਖ ਦਾ ਲੋਨ ਚੱਕ ਲੋ ਉਹਦੇ ਵਿੱਚੋਂ 5 ਗੱਲੱਖ ਭਰਨਾ ਹੁੰਦਾ 10 ਲੱਖ ਮਾਫ ਹੋ ਜਾਂਦਾ ਹੁਣ ਮੈਨੂੰ ਨਹੀਂ ਰੱਬ ਜਾਣਦਾ ਕਿਉਂਕਿ ਮੈਂ ਅਸੀਂ ਜਿਹੜੇ ਮਜ਼ਦੂਰਾਂ ਦੇ ਪੁੱਤਾਂ ਮਜ਼ਦੂਰੀ ਕਰਨ ਵਾਲੇ ਆ ਸਾਨੂੰ ਇਹ ਚੀਜ਼ ਦਾ ਨਹੀਂ ਪਤਾ ਵੀ ਭਾਈ ਕੀ ਹੁੰਦਾ ਕੀ ਨਹੀਂ ਹੁੰਦਾ ਜੇਕਰ ਇੱਕ ਪਿੰਡ ਦੇ ਵਿੱਚ ਆਣਾ ਅੱਜ ਕੱਲ ਪੰਜ-ਪੰਜ ਮੱਛੀ ਪਾਲ ਲੈਣਾ ਜੇ ਇੱਕ ਪਿੰਡ ਨੂੰ 10-10 ਲੱਖ ਮਾਫ ਹੋ ਗਿਆ ਤਾਂ ਕਿੰਨਾ ਹੋ ਗਿਆ ਇੱਕ ਪਿੰਡ ਦਾ ਜੇ ਕੋ ਪੰਜ 50 ਲੱਖ ਰੁਪਏ ਹੋ ਗਏ ਜੇ ਪੰਜ ਮੱਛੀ ਪਾਲਣਾਂ ਨੂੰ 10-10 ਲੱਖ ਮਾਫ ਹੋ ਜੇ ਹੁਣ 50 ਲੱਖ ਰੁਪਇਆ ਇੱਕ ਪਿੰਡ ਦਾ ਹੋ ਗਿਆ ਤੇ ਉਹ ਦਸਾਂ ਪਿੰਡਾਂ ਦਾ ਕਿੰਨਾ ਹੋ ਗਿਆ 100 ਪਿੰਡ ਦਾ ਕਿੰਨਾ ਹੋ ਗਿਆ ਤੇ ਪੰਜਾਬ ਦੇ 13000 ਪਿੰਡਾਂ ਦਾ ਕਿੰਨਾ ਹੋ ਗਿਆ ਤੁਸੀਂ ਦੱਸ ਦੋ ਮੈਂ ਨਹੀਂ ਬੋਲਦਾ ਇਹ ਅਰਬਾ ਖਰਬਾ ਰੁਪਇਆ ਜਿਹੜਾ ਮਾਫ ਹੁੰਦਾ ਉਹ ਕੋਈ ਕੋਈ ਇੱਥੇ ਮਜ਼ਦੂਰ ਦੇ ਪੁੱਤ ਨਹੀਂ ਖੋਲਦੇ ਕੋਈ ਗਰੀਬ ਕਿਸਾਨ ਨਹੀਂ ਖੋਲਦਾ ਕੋਈ ਮੀਡਲ ਕਲਾਸ ਜਿਹੜਾ ਉਹ ਲੋਕ ਉਹ ਚਾਰੇ ਨਹੀਂ ਖੋਲਦੇ ਇਹ ਖੋਲਦੇ ਇਹਨਾਂ ਦੇ ਲੀਡਰ ਖੋਲਦੇ ਰਹੇ ਆ ਮੱਛੀ ਪਾਲਣ ਤੇ ਮੇਰੇ ਅਸੀਂ ਵੀ ਜਿਹੜੀਆਂ ਪੰਚਾਇਤੀ ਜ਼ਮੀਨਾਂ ਪਿੰਗਾ ਪਿੰਡਾਂ ਦੇ ਵਿੱਚ ਉਹਨਾਂ ਨੂੰ ਉੱਥੇ ਸਰਕਾਰੀ ਮੱਛੀ ਪਾਲਣ ਖੋਲੇ ਜਾਣ ਜੇਕਰ ਸਰਕਾਰੀ ਮੱਛੀ ਪਾਲਣ ਖੋਲਦਣ ਤਾਂ ਜਿਹੜੀਆਂ ਅਰਬਾਂ ਖਰਬਾਂ ਰੁਪਈਆਂ ਦੀਆਂ ਸਬਸਿਟੀਆਂ ਜਿਹੜੀਆਂ ਆਮ ਲੋਕ ਭਾਲਦੇ ਮਹਿੰਗਾਈ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਮਾਫ਼ ਹੁੰਦੀਆਂ ਲੋਕਾਂ ਨੂੰ ਉਹ ਮਾਫ਼ ਨਹੀਂ ਹੋਣੀਆਂ ਉਹ ਅਰਬਾਂ ਖਰਬਾਂ ਦੇ ਵਿੱਚ ਬੱਚੇ ਨੌਕਰੀ ਲੱਗ ਜਾਣਗੇ ਲਗਣਗੇ ਕਿ ਨਹੀਂ ਲਗਣਗੇ ਮੰਨ ਲਓ ਮੇਰੇ ਪਿੰਡ ਦੇ ਵਿੱਚ 40-45 ਕਿੱਲੇ ਆ ਮੱਛੀ ਪਾਲਣ ਆ ਜਿਹੜੇ ਕਹਿ ਲੋ ਪੰਚਾਇਤ ਦੀ ਜ਼ਮੀਨ ਆ ਉਥੇ ਇੱਕ ਕਿੱਲੇ ਦੇ ਵਿੱਚ ਇੱਕ ਤਗੜਾ ਮੱਛੀ ਪਾਲਣ ਖੋਲੇ ਜਾਵੇ 45 ਮੱਛੀ ਪਾਲਣ ਹੋਗੇ ਜੇਕਰ 40-45 ਕਿੱਲੇ ਖੋਲੇ ਜਾਣ ਜੇ ਸਰਕਾਰੀ ਮੱਛੀ ਪਾਲਣ ਖੋਲੇ ਜਾਣ ਇੱਕ ਮੱਛੀ ਪਾਲਣ ਚ ਪੰਜ ਬੰਦੇ ਵੀ ਰੱਖੇ ਜਾਣ ਤਾਂ ਦਸਾਂ ਚ ਕਿੰਨੇ ਹੋਗੇ 50 ਬੰਦੇ ਹੋਗੇ ਕਿ ਨਹੀਂ ਹੋਗੇ ਤੇ ਇਹ ਜਿਹੜੇ ਕਹਿ ਲਓ ਫਿਰ 40ਾਂ ਚ ਕਿੰਨੇ ਹੋਗੇ ਜੇ ਹੋ ਸਕਦਾ ਮੈਂ ਗਲਤ ਹਾਂ ਪਰ ਮੇਰੇ ਅਨੁਸਾਰ ਤਾਂ 200 ਹੋ ਗਿਆ ਕਿ ਨਹੀਂ ਤੇ ਔਰ ਜਿਹੜੀਆਂ ਵਕਫ ਬੋਰਡ ਦੀਆਂ ਜ਼ਮੀਨਾਂ ਪਿੰਗਾ ਜਿਹੜੀਆਂ ਨਾ ਕਿਸੇ ਧੀ ਦੇ ਲੈ ਕੇ ਨਾ ਪੁੱਤ ਦੇ ਲੈ ਕੇ ਜਿਹੜੇ ਪਿੰਡਾਂ ਦੇ ਵਿੱਚ ਨਜਾਇਜ਼ ਪਿੰਗਾ ਕਿੰਗਾ ਨੇ ਨਜਾਇਜ਼ ਕਬਜ਼ੇ ਕੀਤੇ ਆ ਉੱਥੇ ਡੈਰੀ ਫਾਰਮ ਖੋਲੇ ਜਾਣ ਸਰਕਾਰੀ ਉਹਦੇ ਵਿੱਚ ਵੀ ਸਬ ਸਟਿੰਗਾਂ ਮਿਲਦੀਆਂ ਉੱਥੇ ਜਦੋਂ ਵਕਫ ਬੋਰਡ ਦੇ ਵਿੱਚ ਡੈਰੀ ਫਾਰਮ ਖੋਲੇ ਜਾਣਗੇ ਉੱਥੇ ਅਣਪੜ੍ਹ ਬੰਦੇ ਵੀ ਨੌਕਰੀ ਰੱਖੇ ਜਾਣਗੇ ਇੱਕ ਪੱਠੇ ਵਧਨ ਤੇ ਰੱਖਿਆ ਜਾਊਗਾ ਔਰ ਕੋਈ ਪੱਠੇ ਪੌਣ ਤੇ ਰੱਖਿਆ ਜਾਊਗਾ ਕੋਈ ਪਸ਼ੂ ਨਮਾਉਣ ਤੇ ਤੇ ਪਾਣੀ ਪਿਉਣ ਤੇ ਰੱਖਿਆ ਜਾਊਗਾ ਕੋਈ ਮੱਝਾ ਚੋਣ ਤੇ ਗਾਵਾਂ ਚੋਣ ਤੇ ਰੱਖਿਆ ਜਾਊਗਾ ਨਾਲੇ ਆ ਜਿਹੜੀਆਂ گاਵਾ ਫਿਰਦੀਆਂ ਜਿਹੜੇ ਵਿਚਾਰੇ ਆਵਾਰਾ ਪਸ਼ੂ ਫਿਰਦੇ ਆ ਇਹ ਵੀ ਜਿਹੜੇ ਕਹਿ ਲੋ ਸੜਕਾਂ ਤੇ ਨਹੀਂ ਮਿਲਣਗੇ ਤੁਹਾਨੂੰ ਉਹਦੇ ਨਾਲ ਤੋਂ ਕੰਮ ਲਿਆ ਜਾਊਗਾ ਨਾਲੇ ਪੱਠੇ ਮਿਲ ਜਾਇਆ ਕਰਨਗੇ ਵਿਚਾਰਿਆਂ ਨੂੰ ਖਾਣ ਵਾਸਤੇ ਨਾਲੇ ਉਹ ਕਹਿ ਲੋ ਆਪਣੇ ਲੋਕਾਂ ਦੇ ਕੰਮ ਆ ਜਾ ਕਰਨਗੇ ਔਰ ਜਿਹੜਾ ਦੁੱਧ ਆ ਜਿਹੜਾ ਦੁੱਧ ਫਿਰ ਵੇਖੋ ਤੁਸੀਂ ਕਿੰਨੀ ਇਹਦੀ ਜਿਹੜੀ ਕਹਿ ਲੋ ਪੈਦਾਵਾਰ ਹੁੰਦੀ ਆ ਤੇ ਇਹ ਮੇਰੀਆਂ ਗੱਲਾਂ ਆ ਜੇ ਤੁਹਾਨੂੰ ਮੈਂ ਗਲਤ ਲੱਗਦਾ ਠੀਕ ਆ ਭਾਈ ਮੈਂ ਗਲਤ ਹੋਊਗਾ ਪਰ ਜਿਹੜੀ ਸੋਚ ਆ ਮੈਂ ਕਹਿੰਨਾ ਕਿਸੇ ਨੂੰ ਕੋਈ ਫਰੀ ਦੀ ਸਹੂਲਤ ਨਾ ਦਿੱਤੀ ਜਾਵੇ ਉਹ ਗੱਲ ਸੁਣ ਨੌਜਵਾਨਾ ਇੱਕ ਪਾਸੇ ਤੇਰਾ ਭਰਾ ਅੰਕਲ ਤੂੰ ਵੀ ਗੱਲ ਸੁਣ ਇੱਕ ਪਾਸੇ ਤੇਰਾ ਮੁੰਡਾ ਮਾਂ ਮੇਰੀਏ ਤੇਰਾ ਮੁੰਡਾ ਭੈਣ ਮੇਰੀਏ ਤੇਰਾ ਭਰਾ ਇੱਕ ਪਾਸੇ ਉਹ ਬਿਜਲੀ ਜਿਹੜੀ ਕਹ ਲੋ ਬਿਜਲੀ ਡਿਪਾਰਟਮੈਂਟ ਦੀ ਆਈਟੀਆਈ ਕਰੀ ਜਾਂਦਾ ਉਹ ਲੈਂਡਮੈਨ ਦੀ ਲੱਗਣ ਦੀ ਗੱਲ ਕਰੀ ਜਾਂਦਾ ਜਾਈ ਲੱਗਣ ਦੀ ਗੱਲ ਕਰੀ ਜਾਂਦਾ ਤੇ ਜਦੋਂ ਫਿਰ ਬਿਜਲੀ ਫ੍ਰੀ ਹੋ ਗਈ ਆ ਤਾਂ ਫਿਰ ਉਹ ਇੱਥੋਂ ਤਨਖਾਹ ਕਿੱਥੋਂ ਮਿਲੂ ਡਿਪਾਰਟਮੈਂਟ ਚ ਬੰਦੇ ਕਿਵੇਂ ਰੱਖੇ ਜਾਣਗੇ ਮੈਂ ਤੁਹਾਨੂੰ ਹੋਰ ਦੱਸ ਦਿੰਨਾ 300 ਯੂਨਟ ਮਾਫ ਹੋ ਗਈ ਆ ਜੇਕਰ ਹੋਣੇ ਇਥੇ ਕਈ ਕਹਿਣਗੇ ਪਹਿਲਾਂ ਨਹੀਂ ਮਾਪ ਸਿੰਘ ਆ ਉਹ ਭਾਈ ਸਾਹਿਬ ਮੈਂ ਕੋਈ ਆਮ ਆਦਮੀ ਪਾਰਟੀ ਦੇ ਖਿਲਾਫ ਨਹੀਂ ਬੋਲ ਰਿਹਾ ਮੈਂ ਸਿਰਫ ਉਹਨਾਂ ਨੂੰ ਦੱਸ ਰਿਹਾ ਯਾਰ ਤੁਸੀਂ ਐ ਕਰੋ ਕੀ ਗੱਲ ਜੇ ਥੋੜਾ ਉਹ ਮੁੱਖ ਮੰਤਰੀ ਆ ਮੇਰਾ ਮੁੱਖ ਮੰਤਰੀ ਨਹੀਂਗਾ ਜਿਹੜੇ ਇਥੇ ਕਾਂਗਰਸ ਹੀ ਉਹਨਾਂ ਦਾ ਮੁੱਖ ਮੰਤਰੀ ਨਹੀਂਗਾ ਮੁੱਖ ਮੰਤਰੀ ਤਾਂ ਸਾਰਿਆਂ ਦਾ ਹੁੰਦਾ ਯਾਰ ਕਿਹੜੀਆਂ ਗੱਲਾਂ ਕਰਦੇ ਆ ਥੋੜਾ ਹੱਕ ਤੁਸੀਂ ਮੰਗੋ ਜੇ ਤੁਹਾਨੂੰ ਫ੍ਰੀ ਚਾਹੀਦਾ ਤੁਸੀਂ ਫ੍ਰੀ ਮੰਗੋ ਪਰ ਮੈਂ ਕਹਿੰਦਾ ਫ੍ਰੀ ਨਹੀਂ ਸਾਨੂੰ ਚਾਹੀਦਾ ਅਸੀਂ ਪੈਸੇ ਦੇ ਕੇ ਲੈਣੀਆਂ ਚੀਜ਼ਾਂ ਚਾਹੁੰਨੇ ਆ ਹੁਣ ਜਿਹੜੇ ਇੱਥੇ ਵਿਚਾਰੇ ਬਿਜਲੀ ਮਹਿਕਮੇ ਦੇ ਵਿੱਚ ਲੱਗਣਾ ਚਾਹੁੰਦੇ ਆ ਤਾਂ ਹੁਣ ਇੱਥੇ ਕੰਮ ਪਤਾ ਕੀ ਹੋ ਜਾਣਾ ਮੰਨ ਲਓ ਮੈਂ ਆ ਤੇ ਮੇਰੇ ਘਰ ਵਾਲੀ ਚਲੋ ਹਲੇ ਮੇਰਾ ਵਿਆਹ ਨਹੀਂ ਹੋਇਆ 23 ਸਾਲ ਉਮਰ ਆ ਮੇਰੀ ਜੇ ਮੰਨ ਲਓ ਮੇਰੇ ਘਰ ਵਾਲੀ ਦੇ ਨਾਂ ਤੇ ਵੀ ਮੈਂ ਮੀਟਰ ਲਵਾਤਾ ਇੱਕ ਮੈਂ ਆ ਦੇ ਨਾਂ ਤੇ ਵੀ ਮੀਟਰ ਲਵਾਤਾ ਮਹੀਨੇ ਦੀ 300 ਯੂਨਟ ਉਹਨੂੰ ਫ੍ਰੀ ਹੋ ਗਈ ਤੇ 300 ਮਹੀਨੇ ਹੋ ਗਈ ਇਹ ਤਾਂ ਐ ਵੀ ਕੰਮ ਹੋ ਜਾਣਗੇ ਕਿ ਨਹੀਂ ਸਮਝੇ ਤੁਸੀਂ ਮੈਂ ਕਹਿੰਨਾ ਭਾਈ ਸਾਹਿਬ ਬਿਜਲੀ ਸਸਤੀ ਕਰੋ ਔਰ ਉਹਨਾਂ ਨੂੰ ਰੋਜ਼ਗਾਰ ਦਿਓ ਔਰ ਜਿਹੜੀਆਂ ਸਾਡੀਆਂ ਭੈਣਾਂ ਜਿਹੜੀਆਂ ਮਾਵਾਂ ਜਿਹੜੀਆਂ ਪਿੰਡਾਂ ਦੇ ਵਿੱਚ ਨਹੀਂ ਪੜੀਆਂ ਲਿਖੀਆਂ ਚਾਹੇ ਪੜੀਆਂ ਲਿਖੀਆਂ ਉਹਨਾਂ ਵਾਸਤੇ ਪਿੰਡ-ਪਿੰਡ ਦੇ ਵਿੱਚ ਫੈਕਟਰੀ ਖੋਲ੍ਹ ਦੋ ਔਰ ਉਹਨਾਂ ਨੂੰ 8000 ਰੁਪਏ ਮਹੀਨੇ ਦਾ ਆਇਆ ਕਰੂਗਾ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜੀਆਂ ਧੀਆਂ ਧਿਆਣੀਆਂ ਜਿਹੜੀਆਂ ਮਾਵਾਂ ਨਹੀਂ ਪੜੀਆਂ ਲਿਖੀਆਂ ਇਹ ਗੱਲਾਂ ਇੱਥੇ ਹੁਣ ਜਦੋਂ ਮੈਂ ਪਿੰਡਾਂ ਦੇ ਵਿੱਚ ਜਾਂਦਾ ਸੀ ਕਈ ਭੈਣਾ ਕਹਿਣ ਗਈਆਂ ਕਈ ਮਾਂ ਕਹਿੰਦੀ ਇੱਕ ਕਹਿੰਦੀ ਪੁੱਤ ਮੇਰੇ ਨਰੇਗਾ ਦੇ ਪੈਸੇ ਨਹੀਂ ਆਏ ਮੈਂ ਕਿਹਾ ਬੀਬੀ ਮੈਂ ਕਿਹੜਾ ਨਰੇਗਾ ਲੈ ਆਂਦਾ ਏਟੀਐਮ ਚੱਕੀ ਫਿਰਦਾ ਵੀ ਤੈਨੂੰ ਕੱਢ ਕੇ ਫੜਾ ਦਊਗਾ ਤੇ ਜਦੋਂ ਉਹ ਕਹਿੰਦੀ ਲਓ ਗੱਲ ਪੈ ਗਈ ਮੇਰੇ ਮੈਂ ਕਿਹਾ ਬੀਬੀ ਤੂੰ ਗੱਲ ਨਾ ਪੈ ਤੇਰਾ ਪੁੱਤ ਆ ਮੈਂ ਤੂੰ ਗੱਲ ਸੁਣ ਜਦੋਂ ਮੈਂ ਇਲੈਕਸ਼ਨ ਦਾ ਜਿਹੜਾ ਪ੍ਰਚਾਰ ਕਰ ਰਿਹਾ ਇਸ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਗੱਲ ਮਿਲੀ ਮੈਂ ਕਿਹਾ ਮੈਂ ਚਾਹੁੰਦਾ ਨਰੇਗਾ ਬੰਦ ਹੋਣੀ ਚਾਹੀਦੀ ਉਹ ਕਹਿੰਦੇ ਕਿਉਂ ਬੰਦ ਕਿਉਂ ਹੋਣੀ ਚਾਹੀਦੀ ਆ ਮੈਂ ਕਿਹਾ ਬੀਬੀ ਤੇਰੇ ਪਿੰਡ ਦੇ ਵਿੱਚ ਆਏ ਸਾਲ ਨਰੇਗਾ ਦਾ 30 25 30 ਲੱਖ ਰੁਪਈਆ ਆਉਂਦਾ ਉਹ ਕਹਿੰਦੀ ਆਉਂਦਾ ਹੋਊਗਾ ਪੁੱਤ ਮੈਂ ਕਿਹਾ ਤੇਰੇ ਖਾਤੇ ਦੇ ਵਿੱਚ ਨਹੀਂ ਆਉਂਦਾ ਜਿਹੜੇ ਤੁਹਾਡੇ ਪਹਿਲਾਂ ਵਾਲੇ ਲੀਡਰ ਇਹਨਾਂ ਦੇ ਖਾਤੇ ਦੇ ਵਿੱਚ ਆਉਂਦਾ ਉਹ ਕਹਿੰਦੀ ਗੱਲ ਤੇ ਤੇਰੀ ਪੁੱਤ ਠ ਹੁਣ ਮੈਂ ਕਿਹਾ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਜਾਂਦੇ ਆ ਤੇ ਜੇਕਰ ਇਹ ਨਰੇਗਾ ਬੰਦ ਕਰਕੇ ਆਪਾਂ ਜਿਹੜਾ 25-30 ਲੱਖ ਦੀ ਤੇਰੇ ਪਿੰਡ 'ਚ ਫੈਕਟਰੀ ਖੁੱਲ ਜਾਵੇ ਤਾਂ ਉਹ ਤੇਰੇ ਮਹੀਨੇ ਦਾ 8000 ਰੁਪਿਆ ਆਇਆ ਕਰੂਗਾ ਨਾਲੇ ਚੰਗੀ ਫੈਕਟਰੀ ਖੁੱਲ ਜੂਗੀ ਮਾੜੀ ਨਾ ਕੋਈ ਕੈਮੀਕਲ ਮਾੜੇ ਵਾਲੀ ਨਾ ਖੁੱਲੇ ਜਿਹੜਾ ਪਿੰਡ ਨੂੰ ਨੁਕਸਾਨ ਨਾ ਹੋਵੇ ਤਾਂ ਮੈਂ ਕਿਹਾ ਕਿੰਨੇ ਪਿੰਡ ਦੇ ਵਿੱਚ ਜੇਕਰ ਤੁਹਾਡੇ ਯਾਰ ਔਰਤ ਵੀ ਹੋਈ ਤਾਂ ਔਰਤਾਂ ਨੂੰ 8-8000 ਰੁਪਏ ਮਹੀਨੇ ਦਾ ਆਜੂਗਾ ਤੇ 8-8000 ਰੁਪਏ ਇੱਕ ਪਾਸੇ ਮਹੀਨੇ ਦਾ ਹੋਣਾ ਕਿੱਥੇ ਨਰੇਗਾ ਦਾ ਕਿਤੇ 2-3 ਮਹੀਨੇ ਦਾ 2500 ਰੁਪਏ ਆਉਣਾ ਹੁਣ ਦੱਸੋ ਜੀ ਮੈਂ ਗਲਤ ਐ ਇੱਥੇ ਨੌਜਵਾਨਾਂ ਨੂੰ ਪੁੱਛਦਾ ਮੈਂ ਕੋਈ ਭਗਵੰਤ ਮਾਨ ਨੂੰ ਮੇਰੇ ਬੋਲਾਂ ਨੇ ਥੱਲੇ ਨਹੀਂ ਲਾ ਦੇਣਾ ਮੇਰੇ ਕੋਈ ਬੋਲਾਂ ਨੇ ਤਾਂ ਨਹੀਂ ਚੜਾ ਦੇਣਾ ਹੁਣ ਕਈ ਇੱਥੇ ਮੈਨੂੰ ਟੱਕਰ ਲਗੇ ਯਾਰ ਹਲੇ ਬੰਨਿਆਂ ਨੂੰ ਕਿੰਨੇ ਦਿਨ ਹੋਇਆ ਤੂੰ ਉਹਨਾਂ ਤੇ ਆਵਾਜ਼ ਚੱਕੀ ਆ ਨਾ ਉਹ ਭਰਾਵਾ ਮੈਂ ਆਵਾਜ਼ ਨਹੀਂ ਚੱਕੀ ਆਂਦਾ ਮੈਂ ਗੱਲ ਕਰ ਰਿਹਾ ਆਂ ਆਵਾਜ਼ ਚੱਕਰ ਨੂੰ ਫਿਰ ਚੱਕੀ ਵੀ ਜਾਂਦੀ ਆ ਜਦੋਂ ਕਾਲੀ ਕਾਂਗਰਸੀਆਂ ਦੇ ਐਮਐਲਏ ਆਉਂਦੇ ਸੀ ਪਿੰਡਾਂ ਦੇ ਵਿੱਚ ਉਹਨਾਂ ਨਾਲ 20-20 ਬੰਦੇ ਇਕੱਠੇ ਹੋ ਜਾਂਦੇ ਸੀਗੇ ਕਾਰਾਂ ਲੈ ਕੇ ਘੁੰਮਦੇ ਸੀਗੇ ਤਾਂ ਲੋਕ ਕਹਿੰਦੇ ਸੀ ਅਸੀਂ ਬਦਲਾ ਲੈ ਕੇ ਆਉਣਾ ਤੇ ਜੇ ਅੱਜ ਝਾੜੂ ਵਾਲਿਆਂ ਦਾ ਕੋਈ ਐਮਐਲਏ ਆਵੇ ਤਾਂ ਪਿੰਡਾਂ ਦੇ ਵਿੱਚੋਂ ਹੁਣ ਸੁਣ ਲੋ ਬਦਲਾ ਕਿਵੇਂ ਹੋਇਆ ਜਿੰਨਾਂ ਦੇ ਦਾਦੇ ਕਾਂਗਰਸੀ ਸੀ ਉਹਨਾਂ ਦੇ ਪੁੱਤ ਹੋ ਗਏ ਕਾਲੀਦਲ ਦੇ ਵਿੱਚ ਜਿੰਨਾਂ ਦੇ ਪਿਓ ਕਾਲੀਦਲ ਸੀ ਉਹਨਾਂ ਦੇ ਅੱਜ ਪੁੱਤ ਝਾੜੂ ਆਇਆਂ ਨਾਲ ਫਿਰਦੇ ਆ ਤੇ ਜਦੋਂ ਉਹ ਪਿੰਡ ਦੇ ਵਿੱਚ ਆਉਂਦੇ ਆ ਪਹਿਲਾਂ ਸੀ ਮੈਂ ਵੇਖਾਉਣਾ ਸੀਗਾ ਜਦੋਂ ਅਸੀਂ ਪਿੰਡ ਛੋਟੇ-ਛੋਟੇ ਹੁੰਦੇ ਸੀ ਤਾਂ ਜਦੋਂ ਕਾਂਗਰਸ ਦੇ ਲੀਡਰਾਂ ਨੇ ਆਉਣਾ ਉਹਨਾਂ ਦੇ ਦਾਦੇ ਹੁੰਦੇ ਸੀ ਜਿਹੜੇ ਅੱਜ ਅੱਜ ਝਾੜੂ ਵਾਲਾ ਫਿਰਦੇ ਉਹਨਾਂ ਦੇ ਦਾਦੇ ਹਣੇ ਇਕੱਠੇ ਹੋ ਕੇ ਕੁਰਸੀਆਂ ਢਾ ਲੈਣੀਆਂ ਸਾਡੇ ਵਰਗਿਆਂ ਨੂੰ ਗੱਲ ਨਾ ਕਰਦੇ ਨੇ ਉਹ ਚੁੱਪ ਚੁੱਪ ਚਪ ਜਾਂਦ ਰਹਿਤ ਜੇ ਕੋਈ ਗੱਲ ਕਰਨੀ ਤਾਂ ਉੱਥੇ ਗਰੀਬ ਬੰਦੇ ਨੇ ਹੱਥ ਜੋੜ ਕੇ ਆ ਜਾਣੇ ਫਿਰ ਉਹਨਾਂ ਦੇ ਪਿਓ ਆ ਗਏ ਉਹਨਾਂ ਦੇ ਜਿਹੜੇ ਅੱਜ ਜਿਹੜੇ ਇੱਥੇ ਝਾੜੂ ਵਾਲ ਨਾਲ ਜੁੜੇ ਫਿਰਦੇ ਆ ਮੈਂ ਕੋਈ ਝਾੜੂ ਦੀ ਗੱਲ ਨਹੀਂ ਕਰ ਰਿਹਾ ਮੈਂ ਬਦਲਾ ਦੀ ਗੱਲ ਕਰ ਰਿਹਾ ਹੁਣ ਤੁਸੀਂ ਬਦਲਾ ਵੇਖੋ ਜਿਵੇਂ ਆਉਂਦਾ ਹੁਣ ਉਹ ਕਾਲੀ ਦਲ ਦੇ ਨਾਲ ਇਹਨਾਂ ਦੇ ਪਿਓ ਹੁੰਦੇ ਸੀ ਉਹਨਾਂ ਨੇ ਵੀ ਐ ਕੁਰਸੀਆਂ ਢਾ ਲੈਣੀਆਂ ਮੁੱਛਾਂ ਨੂੰ ਮਾਰਨੇ ਵ ਕੋਹ ਨਹੀਂ ਬਣ ਚਾਲੂ ਨਾ ਜਿਸ ਗੱਲ ਕਰੇ ਸੀ ਕਰਨੀ ਤੇ ਅੱਜ ਉਹਨਾਂ ਦੇ ਮੁੰਡੇ ਝਾੜੂ ਵਾਲੇ ਨਾਲ ਹੋਏ ਫਿਰਦੇ ਆ ਤੇ ਅੱਜ ਉਹਨਾਂ ਦਾ ਕੰਮ ਵੀ ਇਹ ਹੋ ਜਾਣਾ ਤੇ ਫਿਰ ਬਦਲਾ ਕਾਹਦਾ ਹੋ ਗਿਆ ਅਸੀਂ ਕਹਿੰਨੇ ਆ ਬਦਲਾ ਉਹ ਹੁੰਦਾ ਹੁਣ ਇੱਥੇ ਆਲੂ ਵੇਚਣ ਵਾਲਾ ਕਹੀ ਜਾਂਦਾ ਪਾ ਕੇ ਆਲੂ ਵੀ ਪਾਈ ਨਾਲ ਕਹਿੰਦੇ ਹਰ ਸਵਾਦ ਆ ਗਿਆ ਸਰਕਾਰ ਬਦਲ ਗਈ ਉਹ ਭਾਈ ਸਾਹਿਬ ਸਰਕਾਰ ਬਦਲ ਗਈ ਤੂੰ ਤਾਂ ਆਦੇ ਆਲੂ ਵੇਚ ਹੀ ਜਾਂਦਾ ਜਿਹੜਾ ਬੰਦਾ ਬੱਕਰੀਆਂ ਚਾਰੀ ਜਾਂਦਾ ਉਹ ਤਾਂ ਬੱਕਰੀਆਂ ਚਾਰੀ ਜਾਂਦਾ ਜਿਹੜਾ ਬੰਦਾ ਮਜ਼ਦੂਰੀ ਕਰੀ ਜਾਂਦਾ ਉਹ ਤਾਂ ਮਜ਼ਦੂਰੀ ਕਰੀ ਜਾਂਦਾ ਤੇ ਫਿਰ ਮੈਨੂੰ ਤੁਸੀਂ ਇਹ ਗੱਲ ਦੱਸੋ ਵੀ ਬਦਲਾ ਉਹਨਾਂ ਦਾ ਆ ਤੁਹਾਡਾ ਨਹੀਂ ਆਇਆ ਹਾਂ ਮੈਂ ਗੱਲ ਇੱਥੇ ਜ਼ਰੂਰ ਕਹੂੰਗਾ ਕਿ ਜਿਹੜੇ ਘੇੜੇ ਆ ਸਕੂਲਾਂ ਦੇ ਵਿੱਚ ਮੈਂ ਮਾਨ ਸਾਹਿਬ ਅੱਗੇ ਇੱਕ ਬੇਨਤੀ ਕਰਦਾ ਮਾਨ ਸਾਹਿਬ ਇਹ ਤਾਂ ਲੋਕ ਕਿ ਨਿਆਣੇ ਹਲੇ ਨਾ ਦਿਵਾਕ ਬੱਚਿਆਂ ਵਾਲਾ ਇਹ ਤਾਂ ਕਹਿੰਦੇ ਤੁਹਾਡੇ ਖਿਲਾਫ ਬੋਲਦੇ ਨੇ ਮੈਂ ਤੁਹਾਡੇ ਖਿਲਾਫ ਬੋਲਿਆ ਮੈਂ ਸਿਰਫ ਤੁਹਾਨੂੰ ਇੰਨੀ ਗੱਲ ਕਹਿ ਰਿਹਾ ਮਾਨ ਸਾਹਿਬ ਕਿ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਦੇ ਵਿੱਚ ਵੀ ਘੇੜਾ ਮਾਰੋ ਔਰ ਉੱਥੋਂ ਦੀ ਜਿਹੜੀ ਫੀਸ ਆ ਉਹ ਘੱਟ ਹੋਣੀ ਚਾਹੀਦੀ ਆ ਜਿਹੜੇ ਪਹਿਲਾਂ ਵਾਲੇ ਪਾਰਟੀਆਂ ਦੇ ਸੀ ਇਹ ਲੋਕ ਕਹਿੰਦੇ ਵੀ ਉਹ ਤਾਂ ਨਹੀਂ ਸਕੂਲ ਆਖੇ ਜਿਹੜਾ ਮਾਰਦੇ ਸੀ ਉੱਥੋਂ ਇਹਨਾਂ ਨੂੰ ਫੰਡ ਜਾਂਦੇ ਸੀ ਪ੍ਰਾਈਵੇਟ ਸਕੂਲਾਂ ਚੋਂ ਜੇਕਰ ਆਪਣੀ ਪਾਰਟੀ ਨੂੰ ਵੀ ਫੰਡ ਆਈ ਜਾਂਦੇ ਆ ਮਾਂ ਦੀ ਪਾਰਟੀ ਨੂੰ ਫਿਰ ਤੁਸੀਂ ਉਹਨਾਂ 'ਚ ਗੇੜੇ ਨਾ ਮਾਰੋ ਨਹੀਂ ਤਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਗੇੜਾ ਮਾਰੋ ਉੱਥੋਂ ਦੀ ਫੀਸ ਕੱਟ ਕਰਾਓ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਤੁਹਾਡੇ ਤੇ ਆਸ ਕਰਕੇ ਤੁਸੀਂ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰੋ ਜਦੋਂ ਗਵਰਨਮੈਂਟ ਸਕੂਲ ਖੁੱਲੇ ਆ ਇਹਦੇ ਵਿੱਚ ਤੁਸੀਂ ਆਪਣੇ ਧਿਆਪਕ ਪੂਰੇ ਕਰੋ ਔਰ ਜਿਹੜੇ ਇੱਥੇ ਮੈਂ ਕਹਿੰਦਾ ਡੀਸੀ ਦੇ ਬੱਚੇ ਵੀ ਸਰਕਾਰੀ ਸਕੂਲਾਂ 'ਚ ਪੜਨ ਐਮਐਲਏ ਦੇ ਬੱਚੇ ਵੀ ਸਰਕਾਰੀ ਸਕੂਲਾਂ 'ਚ ਪੜਨ ਸਾਨੂੰ ਪਤਾ ਤਾਂ ਲੱਗ ਜੇ ਕੋਈ ਬਦਲਾਅ ਹੋਇਆ ਜੇਕਰ ਪਹਿਨਾਂ ਦੇ ਲੀਡਰਾਂ ਤਰ੍ਹਾਂ ਤੁਹਾਡੇ ਬੱਚੇ ਵੀ ਚੰਗੇ ਸਕੂਲਾਂ 'ਚ ਪੜਨਗੇ ਬਾਹਰਲੇ ਰੈਸ਼ਨ ਜਾ ਕੇ ਪੜਨਗੇ ਫਿਰ ਅਸੀਂ ਕੋਈ ਬਦਲਾਅ ਨਹੀਂ ਕਵਾਂਗੇ ਅਸੀਂ ਕਵਾਂਗੇ ਭਾਈ ਸਾਹਿਬ ਕੋਈ ਬਦਲਾਅ ਨਹੀਂ ਹੁਣ ਕਈ ਤੁਹਾਡੇ ਐਮਐਲਏ ਜਿਨ੍ਹਾਂ ਦੇ ਬੱਚੇ ਛੋਟੇ ਆ ਉਹਨਾਂ ਨੂੰ ਕਹੋ ਤੁਸੀਂ ਸਕੂਲਾਂ 'ਚ ਗੇੜੇ ਤਾਂ ਮਾਰੀ ਜਾਂਦੇ ਸਰਕਾਰੀ ਸਕੂਲਾਂ 'ਚ ਆਵਦੇ ਬੱਚੇ ਵੀ ਸਕੂਲਾਂ ਦੇ ਵਿੱਚ ਪਾ ਦਿਓ ਨਾਲ ਹੀ ਇੱਕ ਕਾਨੂੰਨ ਬਣਾ ਦਿਓ ਵੀ ਜਿਹੜੇ ਸਕੂਲ ਆ ਸਕੂਲ ਆ ਉਹਨਾਂ ਵਿੱਚ ਆਵਾਮ ਦੀ ਪਾਰਟੀ ਦੇ ਜਿਹੜੇ ਐਮ ਐਲ ਏ ਉਹਨਾਂ ਦੇ ਬੱਚੇ ਵੀ ਪੜ ਰਹੇ ਆ ਔਰ ਡੀ ਸੀ ਐਸ ਐਸ ਪੀ ਇਹ ਮਜ਼ਦੂਰ ਤੋਂ ਲੈ ਕੇ ਜਿੰਨੇ ਉਧੇਦਾਰੀਆਂ ਵਾਲੇ ਆ ਉਹ ਸਾਰਿਆਂ ਦੇ ਬੱਚੇ ਇੱਥੇ ਸਰਕਾਰੀ ਸਕੂਲਾਂ 'ਚ ਪੜਨੇ ਚਾਹੀਦੇ ਆ ਮੈਂ ਫਿਰ ਮੰਨਣਾ ਬਦਲਾ ਆ ਔਰ ਜਿਹੜੀਆਂ ਫਰੀਦੀਆਂ ਸਹੂਲਤਾਂ ਉਹ ਬੰਦ ਕਰੋ ਯਾਰ ਕਿਉਂ ਲੋਕਾਂ ਦਾ ਦਿਮਾਗ ਚੱਟੀ ਜਾਂਦੇ ਆ ਤੁਸੀਂ ਬੇਸ਼ੱਕ ਦੀ ਮੈਨੂੰ ਗਲਤ ਕਹੋ ਇੱਥੇ ਲੋਕ ਮੈਨੂੰ ਕਹਿੰਗੇ ਗਰੀਬ ਬੰਦੇ ਨੂੰ ਹੋਰ ਕੀ ਚਾਹੀਦਾ 300 ਯੂਨਟ ਫ੍ਰੀ ਹੋ ਗਈ ਉਹ ਯੱਪਲ ਬੰਦਿਆ ਮੇਰੇ ਭਰਾ ਮੇਰਿਆ ਮੈਂ ਤਾਂ ਤੇਰੇ ਤੇ ਗੁੱਸਾ ਆਈ ਜਾਂਦਾ ਮੈਂ ਕਹਿੰਦਾ ਫ੍ਰੀ ਕਿਉਂ ਯਾਰ ਫ੍ਰੀ ਤਾਂ ਦੂਜੇ ਵੀ ਦੇਈ ਜਾਂਦੇ ਸੀਗੇ ਫਿਰ ਆਪਾਂ ਨੂੰ ਲੋੜ ਹੀ ਨਹੀਂ ਗਈ ਕਮਰੇ ਤਾਂ ਦੂਜੇ ਵੀ ਦੇਈ ਜਾਂਦੇ ਸੀ ਸਾਨੂੰ ਕਮਰੇ ਨਹੀਂ ਚਾਹੀਦੇ ਸਾਨੂੰ ਕੋਠੀਆਂ ਚਾਹੀਦੀਆਂ ਸਾਨੂੰ ਰੋਜ਼ਗਾਰ ਦਿਓ ਆ ਗੱਲ ਸੁਣ ਮੇਰੇ ਵੀਰ 300 ਯੂਨਟ ਫ੍ਰੀ ਲੈਣ ਵਾਲਿਓ 400 ਯੂਨਟ ਫ੍ਰੀ ਲੈਣ ਵਾਲਿਓ ਔਰ ਆਟਾ ਰਾਸ਼ਨ ਦਾਲ ਲੈਣ ਵਾਲਿਓ ਤੁਹਾਡਾ ਅੰਡਗਵਾਨ ਚ ਕੋਈ ਲੱਗ ਜੇ ਨੌਕਰੀ ਲੱਗ ਜੇ ਉਹਦੀਆਂ ਕੋਠੀਆਂ ਪੈ ਜਾਂਦੀਆਂ ਉਹ ਬਿੱਲ ਵੀ ਭਰਦਾ ਹੁੰਦਾ ਤੇ ਉਹ ਰਚਨਾ ਆਪਦਾ ਮੁੱਲ ਖਰੀਦਾ ਉਹਦੀਆਂ ਕਿਉਂ ਕੋਠੀਆਂ ਪੈਣੀਆਂ ਕਿਉਂ ਕਿ ਉਹ ਮਹੀਨੇ ਦਾ 40000 ਰੁਪਏ ਆਉਂਦਾ ਇਹ ਤਾਂ ਕਰ ਕਿਉਂ ਆਉਂਦੀਆਂ ਤੇ ਜਿਹੜਾ ਆਪਾਂ ਆਪਾ ਲੋਕ ਨੇ ਆਪਾਂ ਨੂੰ ਉਹੀ 5700 ਰੁਪਏ ਜਿਹੜਾ ਕਹਿ ਲਓ ਆਪਾਂ ਜਿਹੜਾ 5700 ਰੁਪਏ ਮਹੀਨੇ ਦਾ ਬਣਦਾ 8000 ਮਹੀਨੇ ਦਾ ਬਣ ਗਿਆ ਕਦੇ ਦਿਹਾੜੀ ਲੱਗੀ ਕਦੇ ਨਹੀਂ ਲੱਗੀ ਤੂੰ ਆਪਾਂ ਨੂੰ ਫ੍ਰੀ ਸਹੂਲਤਾ ਦੇ ਦੇ ਕਿ ਆਪਾਂ ਨਕਾਰਾ ਕਰ ਉਹੀ ਆਪਾਂ ਚਾਹਿਆ ਪਪਾ ਪਾਣ ਪੜੇ ਨਹੀਂ ਪੜੇ ਲਿਖ ਤਾਂ ਆਪ ਨੂੰ ਫੈਕਟਰੀਆਂ ਖੋਲ ਦੇਣ ਤੇ ਮੈਂ ਬੇਨਤੀ ਕੀਤੀ ਐਨੂੰ ਆਪਣੇ ਮਾਨ ਸਾਹਿਬ ਨੂੰ ਕਿ ਜਿਹੜਾ ਮੇਰੇ ਹਲਕੇ ਦਾ ਐਮਐਲਏ ਬਣਿਆ ਸੀਗਾ ਤੈਨੂੰ ਚਲੋ ਤੁਸੀਂ ਕੋਈ ਤਗੜਾ ਅਹੁਦਾ ਦਿੰਦੇ ਮੇਰੇ ਹਲਕੇ ਦਾ ਕੋਈ ਅਸਵਾਰਿਆ ਜਾਂਦਾ ਪਰ ਨਹੀਂ ਤੁਸੀਂ ਤਾਂ ਆਪਦੀ ਮਨਮਰਜ਼ੀ ਕੀਤੀ ਪਰ ਜਿਵੇਂ ਕੇਜਰੀਵਾਲ ਸਾਹਿਬ ਨੇ ਕਹਿਣਾ ਤੁਸੀਂ ਤੋਂਵੇਂ ਕਰਨਾ ਸੀਗਾ ਬਾਕੀ ਮੈਂ ਇਥੋਂ ਫਿਰ ਤੋਂ ਕਹਿਣਾ ਜੇਕਰ ਭਗਵੰਤ ਮਾਨ ਤੁਹਾਡਾ ਮੁੱਖ ਮੰਤਰੀ ਹੈ ਤਾਂ ਮੇਰਾ ਕੋਈ ਮੁੱਖ ਮੰਤਰੀ ਯੂਪੀ ਬਿਹਾਰ ਵਾਲਾ ਨਹੀਂ ਹੋਣਾ ਮੈਂ ਵੀ ਪੰਜਾਬ ਦੇ ਵਿੱਚਾਂ ਜੇ ਮੰਨ ਲਓ ਗੋਲ ਦੀ ਇਥੇ ਐਮਐਲਏ ਬਣੇ ਹਲਕੇ ਦਾ ਤੇ ਉਹ ਮੇਰਾ ਵੀ ਐਮਐਲਏ ਆ ਸਾਰਿਆਂ ਦਾ ਐਮਐਲਏ ਹਲਕੇ ਦਾ ਔਰ ਇਹ ਗੱਲਾਂ ਨਹੀਂ ਹੁੰਦੀਆਂ ਵੀ ਖਿਲਾਫ ਕਿਉਂ ਬੋਲਿਆ ਭਈ ਲੋਕਤੰਤਰ ਦੇਸ਼ਾਸੀ ਬੋਲਾਂਗੇ ਜਿਹੜੀ ਗੱਲ ਮੈਨੂੰ ਗਲਤ ਲੱਗੂ ਉੱਤੇ ਮੈਂ ਬੋਲੂਗਾ ਜਿਹੜੀ ਗੱਲ ਮੈਨੂੰ ਸਹੀ ਲੱਗੀ ਮੈਂ ਉੱਤੇ ਬੋਲੂਗਾ ਜਿਹੜੀ ਪਾਰਟੀ ਦੀ ਸਹੀ ਗੱਲ ਹੋਊਗੀ ਉਹ ਮੈਂ ਸਹੀ ਵੀ ਕਹੂੰਗਾ ਯਾਦ ਰੱਖ ਲੈ ਜੇ ਗੱਲ ਚਾਹੇ ਕੋਈ ਪਾਰਟੀ ਹੋਵੇ ਤੇ ਮੇਰਾ ਵੀਰ ਇੱਥੇ ਨਾ ਮੈਂ ਕਾਲੀਆਂ ਤੇ ਬਹੁਤ ਬੋਲਿਆ ਕਦੇ ਕਾਲੀਆਂ ਦੇ ਬੰਦੇ ਨੇ ਮੈਨੂੰ ਐ ਨਹੀਂ ਕਿਹਾ ਸੀ ਕੋ ਗੱਲ ਜ਼ਰੂਰ ਕਹਿੰਦੇ ਉਸ ਤੂੰ ਗਲਤ ਬੋਲਦਾ ਏ ਕਿਵੇਂ ਪਰ ਉਹਨਾਂ ਨੇ ਕਦੇ ਮੈਨੂੰ ਫੋਨ ਕਰਕੇ ਨਹੀਂ ਕਿਹਾ ਸੀ ਵੀ ਆਪਦਾ ਵੀਜ਼ਾ ਲਵਾ ਤੋ ਆਪਦਾ ਉੱਥੇ ਜਾ ਯੂਪੀ ਬਿਹਾਰ ਜਾ ਜਾਂ ਕਿਤੇ ਜਾ ਕਦੇ ਕੋਈ ਕਹਿੰਦਾ ਜਾ ਕੇ ਤੂੰ ਅਫਰੀਕਾ ਚ ਜਾਂਦਾ ਰਹਿ ਤੇਰਾ ਉਤੋਰਾ ਮੂੰਹ ਹੀ ਆਏ ਹੋ ਜਾ ਤੁਸੀਂ ਲੋਕ ਨਹੀਂ ਸਮਝ ਸਕਦੇ ਤੂੰ ਛਿੱਤਰਖਾਨ ਜੁਗਰੇ ਆ ਕਦੇ ਮੈਨੂੰ ਉਹਨਾਂ ਨੇ ਐ ਨਹੀਂ ਕਿਹਾ ਸੀ ਕਾਂਗਰਸੀਆਂ ਤੇ ਬੋਲਦਾ ਰਿਹਾ ਕਦੇ ਮੈਨੂੰ ਉਹਨਾਂ ਨੇ ਨਹੀਂ ਕਿਹਾ ਸੀ ਇਹ ਯਾਰ ਜਿਹੜੇ ਆ ਪਾਰਟੀ ਦੇ ਵਰਕਰ ਆ ਨਾ ਮੈਂ ਫਿਰ ਤੋਂ ਕਹਿ ਦਿੰਦਾ ਮਾਨ ਸਾਹਿਬ ਤੁਸੀਂ ਇਹਨਾਂ ਨੂੰ ਸਮਝਾਓ ਤੁਹਾਡੇ ਐਮਐਲਏ ਵਧੀਆ ਠੀਕ ਆ ਕਈ ਐਮਐਲਏ ਦਾ ਸਬਾਹ ਹੈਗਾ ਜਿਹੜੇ ਉਹ ਪੁਲਿਸ ਵਾਲਿਆਂ ਨੂੰ ਜਾ ਕੇ ਦਾਬੇ ਮਾਰਦੇ ਇੱਕ ਬੀਬੀ ਸੀਗੀ ਜਿਹੜੀ ਕਹਿੰਦੀ ਸੀ ਮੇਰੇ ਚਪੇੜੇ ਮਾਰੂ ਪੁਲਿਸ ਵਾਲਿਆਂ ਨੂੰ ਕਹਿੰਦੀ ਸੀ ਪਰ ਤੁਸੀਂ ਸਮਝਾ ਕੇ ਰੱਖੋ ਫਿਰ ਵੀ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜੇਕਰ ਕੁਝ ਮੈਂ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਲੋਕਾਂ ਕੋਲੋਂ ਮਾਫੀ ਚਾਹੁੰਨਾ ਪਰ ਫਰੀਦੀਆਂ ਸਹੂਲਤਾਂ ਦੇ ਭਾਈ ਸਾਹਿਬ ਆਪਾਂ ਵਿਰੋਧਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ